ਜ਼ਿਲ੍ਹਾ ਫਾਜ਼ਿਲਕਾ ਦੇ ਮੁਲਾਜ਼ਮਾਂ ਅਤੇ ਆਸ਼ਾ ਵਰਕਰਾਂ ਵੱਲੋਂ ਜਲਾਲਾਬਾਦ ਵਿਖੇ ਅੱਜ ਮੁਲਾਜ਼ਮ ਮੰਗਾਂ ਨੂੰ ਲੈ ਕੇ ਭਰਵੀਂ ਕਨਵੈਨਸ਼ਨ ਕੀਤੀ ਗਈ, ਜਿਸ ਦੀ ਪ੍ਰਧਾਨਗੀ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੱਜਣ ਸਿੰਘ ਵੱਲੋਂ ਕੀਤੀ ਗਈ। ਕਨਵੈਨਸ਼ਨ ਦੌਰਾਨ ਬੁਲਾਰਿਆਂ ਵੱਲੋਂ ਸਰਕਾਰ 'ਤੇ ਵਰਦੇ ਹੋਏ ਸਰਕਾਰ ਵੱਲੋਂ ਕੀਤੀਆਂ ਵਾਅਦਾ ਖਿਲਾਫੀਆਂ 'ਤੇ ਰੋਸ ਜ਼ਾਹਿਰ ਕੀਤਾ ਗਿਆ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਟਕਾਉਣ ਦਾ ਦੋਸ਼ ਲਗਾਇਆ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਦੁਰਗੋਬਾਈ, ਅੰਮ੍ਰਿਤਪਾਲ ਸਿੰਘ ਮਨਰੇਗਾ, ਸਰੋਜ ਰਾਣੀ ਛੱਪੜੀਵਾਲਾ, ਸੰਨੀ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨਾ ਮੰਨ ਕੇ ਉਹਨਾਂ ਨਾਲ ਸਿੱਧੇ ਤੌਰ 'ਤੇ ਧੱਕਾ ਕੀਤਾ ਜਾ ਰਿਹਾ ਹੈ। ਉਹ ਨਿਗੁਣੀਆਂ ਤਨਖਾਹ 'ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਤੋਂ ਅਸਮਰੱਥ ਹਨ। ਸਰਕਾਰ ਉਹਨਾਂ ਨੂੰ ਬਣਦਾ ਮਿਹਨਤਾਨਾ ਦੇ ਕੇ ਉਹਨਾਂ ਨੂੰ ਪੱਕਾ ਕਰੇ। ਆਓ ਵਿਖਾਉਂਦੇ ਹਾਂ ਜਲਾਲਾਬਾਦ ਵਿਖੇ ਹੋਈ। ਅੱਜ ਅਸੀਂ ਇਸ ਵਾਸਤੇ ਮੇਨ ਸਾਡਾ ਮਕਸਦ ਹੈਗਾ ਜਿਹੜਾ ਫਾਜ਼ਿਲਕਾ ਦੇ ਵਿੱਚ ਸਿਵਲ ਸਰਜਨ ਦਲੇਰ ਸਿੰਘ ਮੁਲਤਾਨੀ ਵੱਲੋਂ ਆਸ਼ਾ ਵਰਕਰਾਂ ਨਾਲ ਅਪਸ਼ਬਦ ਬੋਲੇ ਗਏ। ਦੂਜੀ ਸਾਡੀ ਇਹ ਮੰਗ ਹੈ ਕਿ ਜਿੰਨੇ ਵੀ ਸਾਡੇ 2008 ਤੋਂ ਆਸ਼ਾ ਵਰਕਰ ਕੰਮ ਕਰ ਰਹੀਆਂ ਨੇ, ਨਿਗੁਣਾ ਜਿਹਾ ਕਮਿਸ਼ਨ 'ਤੇ ਅਸੀਂ ਕੰਮ ਕਰਦੀਆਂ ਘਰ ਘਰ ਜਾ ਕੇ, ਸਾਡਾ ਕੋਈ ਬੱਜਵਾਂ ਮਾਣ ਪੱਤਾ ਨਹੀਂ। ਅਸੀਂ ਸਰਕਾਰ ਤੋਂ, ਕੇਂਦਰ ਸਰਕਾਰ ਦੀ ਸਾਡੀ ਸਕੀਮ ਹੈ, 10 ਸਾਲ ਤੋਂ ਕੰਮ ਕਰਦੇ ਆ ਰਹੇ ਹਾਂ, ਪਰ ਸਾਡੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਸਾਡੇ ਕੰਮਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਸਾਡੀ ਮੰਗ ਹੈ ਕਿ ਜਦ ਤੱਕ ਉਜਰਤ ਕਾਨੂੰਨ ਮੁਤਾਬਕ ਆਸ਼ਾ ਵਰਕਰ ਅਤੇ ਫੈਸੀਲੇਟਰ ਦੀ ਤਨਖਾਹ ਲਾਗੂ ਨਹੀਂ ਹੁੰਦੀ, ਤਦ ਤੱਕ ਹਰਿਆਣਾ ਪੈਟਰਨ ਸਾਡੇ 'ਤੇ ਵੀ ਲਾਗੂ ਕੀਤਾ ਜਾਵੇ ਤਾਂ ਜੋ ਅਸੀਂ ਸਮਾਜ ਦੀ ਸੇਵਾ ਪੂਰੀ ਤਰ੍ਹਾਂ ਕਰ ਸਕੀਏ। ਦੂਸਰਾ, ਸਾਡੀ ਇਹ ਮੰਗ ਹੈ ਕਿ ਸਿਵਲ ਸਰਜਨ ਨੇ ਜੋ ਸਾਡੇ 'ਤੇ ਹਦਾਇਤਾਂ ਲਾਗੂ ਕੀਤੀਆਂ ਨੇ ਆਸ਼ਾ ਵਰਕਰਾਂ ਲਈ, ਬਿਲਕੁਲ ਗਲਤ ਕੀਤੀਆਂ ਹਨ ਅਤੇ ਆਪਣੇ ਬੋਲੇ ਅਪ ਸ਼ਬਦਾਂ ਨੂੰ ਜਦ ਤੱਕ ਵਾਪਸ ਨਹੀਂ ਲੈਂਦਾ ਤਦ ਤੱਕ ਸਾਡਾ ਸੰਘਰਸ਼ ਚੱਲਦਾ ਰਹੇਗਾ। ਸਾਡੇ ਜ਼ਿਲ੍ਹੇ ਫਾਜ਼ਿਲਕਾ ਦੇ ਵਿੱਚ ਜਦੋਂ ਅਸੀਂ ਡਿਲੀਵਰੀ ਕਰਵਾਉਣ ਵਾਸਤੇ ਰਾਤ ਨੂੰ ਜਾਂਦੇ ਹਾਂ ਤਾਂ ਸਾਡੀ ਆਸ਼ਾ ਵਰਕਰ ਭੈਣ ਨੂੰ ਮਰੀਜ਼ ਦੇ ਪੈਰਾਂ ਵਿੱਚ ਹੀ ਲੇਟ ਕੇ ਰਾਤ ਪੂਰੀ ਉੱਥੇ ਕੱਟਣੀ ਪੈਂਦੀ ਹੈ ਅਤੇ ਹਸਪਤਾਲਾਂ ਦੇ ਵਿੱਚ ਕਰੋੜਾਂ ਰੁਪਈਏ ਲਾ ਕੇ ਕਿੱਡੀਆਂ ਬਿਲਡਿੰਗਾਂ ਬਣਾਈਆਂ ਗਈਆਂ ਨੇ। ਸਾਡੀ ਆਸ਼ਾ ਲਈ ਇੱਕ ਕਮਰਾ ਜਿਹੜਾ 19/7/2014 ਤੋਂ ਲਾਗੂ ਹੋਇਆ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਦੂਸਰਾ ਸਾਡਾ ਇਹ ਹੈਗਾ ਕਿ ਸਾਡੇ ਜਲਾਲਾਬਾਦ ਸਿਵਲ ਹਸਪਤਾਲ ਦੇ ਵਿੱਚ ਕੋਈ ਗਾਇਨੀ ਦਾ ਡਾਕਟਰ ਨਹੀਂ ਹੈਗਾ। ਬੜੇ ਸਾਲਾਂ ਤੋਂ ਸਾਡਾ ਇਹ ਮੰਗ ਚੱਲਦੀ ਆ ਰਹੀ ਹੈ, ਪੰਜਾਬ ਸਰਕਾਰ ਤੱਕ ਵੀ ਅਸੀਂ ਕਈ ਵਾਰ ਮੰਗ ਪੱਤਰ ਭੇਜੇ ਹਨ ਅਤੇ ਜਿਹਦੇ ਵਿੱਚ ਸਿਵਲ ਸਰਜਨ ਮੁਲਤਾਨੀ ਜੀ ਕਹਿ ਰਹੇ ਨੇ ਕਿ ਆਸ਼ਾ ਵਰਕਰ ਪ੍ਰਾਈਵੇਟ ਕੇਸ ਲੈ ਕੇ ਜਾਂਦੀਆਂ ਨੇ, ਕਮਿਸ਼ਨ ਖਾਂਦੀਆਂ ਨੇ। ਸਰਕਾਰ ਨੇ ਤਾਂ ਸਾਨੂੰ ਕਮਿਸ਼ਨ 'ਤੇ ਰੱਖਿਆ, ਪਰ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਸਾਡੇ ਸਿਵਲ ਹਸਪਤਾਲ ਜਲਾਲਾਬਾਦ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਗਾਇਨੀ ਦੇ ਡਾਕਟਰ ਮੌਜੂਦ ਹੋਣ ਤਾਂ ਕਿ ਸਾਡੇ ਆਸ਼ਾ ਵਰਕਰ ਦੇ ਮਰੀਜ਼ਾਂ ਦੀ ਖੱਜਲ ਖੁਆਰੀ ਨਾ ਹੋਵੇ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤਾਜ਼ਾ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਮਰੀਜ਼ ਦਾ ਕੀ ਹਾਲ ਸੀ, ਸਾਨੂੰ ਬੋਰਡ ਲਗਾ ਕੇ ਸਿਵਲ ਸਰਜਨ ਨੇ ਕਹਿ ਦਿੱਤਾ ਹੈ ਕਿ ਤੁਸੀਂ ਲੇਬਰ ਰੂਮ OPD ਵਿੱਚ ਐਂਟਰੀ ਨਹੀਂ ਕਰਨੀ। ਅਤੇ ਸਰ ਅਸੀਂ ਕਹਿੰਦੇ ਹਾਂ ਵੀ ਜੇ ਲੇਬਰ ਰੂਮ ਅਤੇ OPD 'ਚ ਐਂਟਰੀ ਨਹੀਂ ਕਰਨੀ ਤਾਂ ਅਸੀਂ ਜਾਂਦੇ ਹੀ ਨਹੀਂ ਹਾਂ, ਮਰੀਜ਼ ਨੂੰ ਮੋਟੀਵੇਟ ਕਰਕੇ ਭੇਜ ਦਿੰਦੇ ਹਾਂ। ਪਰ ਮਰੀਜ਼ ਨੂੰ ਮੋਟੀਵੇਟ ਕਰਕੇ ਭੇਜਿਆ ਤਾਂ ਮਰੀਜ਼ ਦੀ ਮਿਸਾਲ ਤੁਹਾਡੇ ਸਾਹਮਣੇ ਹੈ। ਸੋ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸਿਵਲ ਹਸਪਤਾਲ ਜਲਾਲਾਬਾਦ ਦੇ ਵਿੱਚ ਗਾਇਨੀ ਡਾਕਟਰ ਪੱਕੇ ਤੌਰ 'ਤੇ ਨਿਯੁਕਤ ਕੀਤਾ ਜਾਵੇ। ਦੂਸਰਾ, ਜਿਹੜਾ ਸਿਵਲ ਸਰਜਨ ਨੇ ਆਸ਼ਾ ਵਰਕਰ ਦੇ ਮਾਣ ਸਨਮਾਨ ਲਈ ਇੰਨੀ ਮੰਦੀ ਸ਼ਬਦਾਵਲੀ ਬੋਲੀ ਹੈ, ਉਸ ਨੂੰ ਵਾਪਸ ਲੈਣ। ਮੇਰੇ ਨਾਮ ਸੱਜਣ ਸਿੰਘ ਆ, ਮੈਂ ਚੰਡੀਗੜ੍ਹੋਂ ਆਇਆ। ਸਾਰੇ ਮੁਲਾਜ਼ਮ ਜਥੇਬੰਦੀਆਂ ਦਾ ਚੇਅਰਮੈਨ ਆ। ਅੱਜ ਦੀ ਜਿਹੜੀ ਇਹ ਕਨਵੈਨਸ਼ਨ ਆ, ਇਹ ਵੱਖ ਵੱਖ 4 ਥਾਵਾਂ 'ਤੇ ਹੋ ਰਹੀਆਂ, ਰੈਲੀਆਂ ਹੋ ਰਹੀਆਂ ਅਤੇ ਇਹੋ ਜਿਹੀ ਕਨਵੈਨਸ਼ਨਾਂ ਹੋ ਰਹੀਆਂ, ਜਿਨ੍ਹਾਂ ਦਾ ਮਕਸਦ ਇੱਕ ਆ ਕਿ ਜਿਹੜੇ ਵਰਕਰ ਬੈਠੇ ਦਿਖ ਰਹੇ ਆ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਇਹ
ਸੈਂਟਰਲ ਗੌਰਮੈਂਟ ਸਕੀਮਾਂ ਜ਼ਿਆਦਾ ਕਰਕੇ ਸੈਂਟਰਲ ਗੌਰਮੈਂਟ ਸਕੀਮਾਂ ਦੇ ਅਧੀਨ ਕੰਮ ਕਰਦੇ, ਜਿਨ੍ਹਾਂ ਨੂੰ ਥੋੜ੍ਹੀਆਂ ਥੋੜ੍ਹੀਆਂ ਤਨਖਾਹਾਂ ਦੇ ਕੇ ਇਹਨਾਂ 'ਤੇ ਕੰਮ ਪੂਰਾ ਕੰਮ ਦਿੱਤਾ ਜਾ ਰਿਹਾ। ਜਿਹੜੀ ਤਨਖਾਹ 50-60 ਹਜ਼ਾਰ ਰੁਪਏ 'ਤੇ ਲੱਗੀ ANM ਕਰਦੀ ਹੈ, ਉਹ ਅੱਜ ਥੋੜ੍ਹੇ ਜਿਹੇ 2500-2500-3000 ਰੁਪਏ 'ਤੇ ਆਸ਼ਾ ਵਰਕਰ ਉਹ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਜਿਹੜਾ ਟੀਚਰ 60-70 ਹਜ਼ਾਰ ਰੁਪਈਆ 1 ਲੱਖ ਰੁਪਈਆ ਲੈ ਕੇ ਕੰਮ ਕਰ ਰਿਹਾ, ਉਹ ਅੱਜ ਆਂਗਣਵਾੜੀ ਥੋੜ੍ਹੀ ਜਿਹੀ ਤਨਖਾਹ ਲੈ ਕੇ ਉਹ ਵਰਕਰ ਕੰਮ ਕਰ ਰਹੀ ਹੈ। ਇਹ ਸੈਂਟਰ ਦੀਆਂ ਸਕੀਮਾਂ। ਆਉਣ ਵਾਲੇ ਸਮੇਂ 'ਚ ਵੀ ਮੋਦੀ ਸਰਕਾਰ ਨੇ ਫੈਸਲਾ ਕਰ ਦਿੱਤਾ ਕਿ ਜੀ ਠੇਕੇ ਅੱਗੇ ਤਾਂ ਪੱਕਾ ਮੁਲਾਜ਼ਮ ਰੱਖਣਾ ਹੀ ਨਹੀਂ, 5 ਸਾਲ ਬਾਅਦ ਰੱਖੋ ਅਤੇ ਕੱਢ ਦਿਓ। ਹੁਣ ਕਿਸੇ ਨੂੰ ਕੋਈ ਸਟੇਅ ਵੀ ਨਹੀਂ ਮਿਲਣਾ ਹਾਈ ਕੋਰਟ ਸੁਪਰੀਮ ਕੋਰਟ 'ਚੋਂ, ਕਿਉਂਕਿ ਉਹਨੇ ਐਕਟ ਪਾਸ ਕਰ ਦਿੱਤਾ। ਸੋ ਇਸ ਕਰਕੇ ਮੋਦੀ ਸਰਕਾਰ ਦੇ ਵਿਰੁੱਧ ਪੰਜਾਬ ਸਰਕਾਰ ਆਪਣੇ ਕੋਲੋਂ ਪੈਸੇ ਪਾ ਕੇ ਇਹਨਾਂ ਤਨਖਾਹਾਂ ਪੂਰੀਆਂ ਕਰ ਸਕਦੀ ਹੈ, ਉਹ ਵੀ ਨਹੀਂ ਕਰ ਰਹੀ। ਦੂਜੀਆਂ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ, ਉਹਨਾਂ ਦੇ ਬਾਰੇ 'ਚ ਕੁਝ ਗੱਲਾਂ ਗੌਰਮੈਂਟ ਦੇ ਗੱਲ ਹੋਈਆਂ ਅੱਜ ਅਖਬਾਰਾਂ, ਅੱਜ ਦੇ ਅਖਬਾਰਾਂ 'ਚ ਵੀ ਛਪਿਆ ਹੋਇਆ, ਜਗਬਾਣੀ 'ਚ ਫੋਟੋ ਵੀ ਲੱਗੀ ਹੋਈ ਆ ਵਿੱਤ ਮੰਤਰੀ ਦੇ ਨਾਲ, ਇੱਥੇ ਵੀ ਦੇਖ ਸਕਦੀ ਆ ਉਹ ਮੰਗਾਂ ਸਿਰੇ ਅਜੇ ਨਹੀਂ ਲੱਗੀਆਂ। ਇਸ ਕਰਕੇ ਰਿਜੈਂਟਮੈਂਟ ਆ ਮੁਲਾਜ਼ਮਾਂ ਦੇ ਵਿੱਚ, ਕਿ ਜਿਹੜੀਆਂ ਮੁਲਾਜ਼ਮਾਂ ਦੀਆਂ ਮੰਗਾਂ ਹੈ ਪੱਕੇ ਕਰਨ ਦੀ ਆ। 2016 ਦਾ ਐਕਟ ਪਾਸ ਕੀਤਾ ਸੀ ਪਿਛਲੀ ਸਰਕਾਰ ਨੇ, ਪਰ ਉਹਨਾਂ ਨੇ 10 ਸਾਲ ਤੋਂ ਐਕਟ ਪਾਸ ਨਹੀਂ ਕੀਤਾ, ਜਾਣ ਲੱਗਿਆਂ ਨੇ ਕਰ ਦਿੱਤਾ। ਉਹ ਐਕਟ ਅਜੇ ਤੱਕ ਲਾਗੂ ਨਹੀਂ ਹੋਇਆ, ਮੁਲਾਜ਼ਮ ਕੱਚੇ ਹੀ ਤੁਰੇ ਆ ਰਹੇ ਆ। ਪੱਕੇ ਕਰਨ ਦਾ ਮੁਲਾਜ਼ਮਾਂ ਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ, ਮੁਲਾਜ਼ਮਾਂ ਦਾ 6ਵਾਂ ਪੇ ਕਮਿਸ਼ਨ ਲਟਕ ਰਿਹਾ ਹੈ, ਇਹ ਸਾਰੀਆਂ ਮੰਗਾਂ ਨੂੰ ਲੈ ਕੇ ਸਾਰੇ ਮੁਲਾਜ਼ਮ, ਕੱਚੇ ਪੱਕੇ ਮੁਲਾਜ਼ਮ, ਆਸ਼ਾ ਵਰਕਰ, ਆਂਗਣਵਾੜੀ ਸਾਰੇ ਇਕੱਠੇ ਹੋ ਕੇ ਆਪਣਾ ਪ੍ਰੋਟੈਸਟ ਆ ਜਿਹੜਾ ਉੱਥੇ ਕਰ ਰਹੇ ਆ ਜਿੱਥੇ ਮੰਤਰੀ ਫਿਰ ਰਹੇ ਆ। ਕੇਂਦਰ ਦੇ ਮੰਤਰੀ ਵੀ ਤੁਰੇ ਫਿਰਦੇ ਆ, ਕੇਂਦਰ ਦੇ MP ਵੀ ਤੁਰੇ ਫਿਰਦੇ ਆ, ਕੇਂਦਰ ਦੇ ਲੀਡਰ ਵੀ ਤੁਰੇ ਫਿਰਦੇ ਆ ਮੋਦੀ ਦੇ। ਇਸ ਕਰਕੇ ਪੰਜਾਬ ਸਰਕਾਰ ਦੇ ਮੰਤਰੀ ਵੀ ਇੱਥੇ ਤੁਰੇ ਫਿਰਦੇ ਆ, ਉਹਨਾਂ ਤੱਕ ਸਾਰੀ ਆਪਣੀ ਆਵਾਜ਼ ਪਹੁੰਚਾਉਣ ਲਈ ਇਹ ਸਾਰਾ ਜਿਹੜਾ ਇਕੱਠ ਆ ਮੁਲਾਜ਼ਮਾਂ ਦਾ ਇਹ ਕੀਤਾ ਗਿਆ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹਨੂੰ ਤੇਜ਼ ਕੀਤਾ ਜਾਏਗਾ। ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਫਿਰ ਮੁਲਾਜ਼ਮ ਵੋਟਾਂ ਦੇ ਬਾਰੇ ਆਪਣਾ ਫੈਸਲਾ ਆਪ ਕਰਕੇ ਆਪਣਾ ਰੁਖ ਆਪ ਅਖਤਿਆਰ ਕਰਨ।